हेलो एवरीवन एंड वेलकम बैक टू एनीबडी कैन लर्न जीके आज अपन इस वीडियो ਦੇ ਵਿੱਚ ਦੇਖਾਂਗੇ ਆਪਣੀ ਜੋ ਜੀ ਆਨਗੋਇੰਗ ਸੀਰੀਜ਼ ਹੈ ਉਹਦਾ ਪਾਰਟ 29 ਤਾਂ फटाफट ਤੋਂ ਆਪਾਂ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੇ ਕਿਉਂਕਿ ਮੇਰਾ ਆਲਰੇਡੀ ਜਿਆਦਾ ਟਾਈਮ ਜਿਹੜਾ ਮੌਕ ਟੈਸਟ ਸੀਰੀਜ਼ ਬਣਾਉਣ ਦੇ ਵਿੱਚ ਲੱਗਿਆ ਹੋਇਆ ਹੈਗਾ ਤਾਂ ਵੀਡੀਓ ਥੋੜੀ ਜਿਹੀ ਡਿਲੇ ਜਿਹੜੀ ਹੋ ਗਈ ਸੀਗੀ ਹਾਲਾਂਕਿ ਹੁਣ ਮੁਖਤਸ ਜਿਹੜਾ ਮੈਂ ਰੈਡੀ ਕਰ ਚੁੱਕਿਆ ਤੇ ਤੁਸੀਂ ਮੇਰੀ ਹੋਰ ਵੀ ਵੀਡੀਓਜ਼ ਦੇਖ ਸਕਦੇ ਹੋ ਹੈਸ਼ਟੈਗ ਯੂਜ਼ ਕਰਕੇ ਸਟੱਡੀ ਵਿਦ ਸੁਨੀਲ ਜਨਰਲ ਦੇ ਨਾਂ ਤੇ ਅੱਜ ਦਾ ਆਪਣਾ ਜਿਹੜਾ ਪਹਿਲਾ ਕੁਐਸਚਨ ਹੈ ਉਹ ਹੈਗਾ ਜੀ battles that led the foundation of muslim domination in india was kehna chah rahe hai ki oh kedi ladai si jide naal jada muslim domination hai yani ki ke, ap keh sakde hain kitna da muslim da uh, musalmanana da raj jada india de vich hai, rakha gaya sega shuru ho gaya sega is question layi na apan nu no, thodi deep knowledge chahidi de hai ki jehdi a battles likhi hoye ne charo battle ek kadon hoyian si giyan te kide kide vich hoyian si giyan kyunki jekar question de vich puchhe handa na ki first muslim invader kon si ga ਯਾਨੀ ਕਿ ਪਹਿਲਾ ਮੁਸਲਮ ਜਿਹੜਾ ਆਕਰਮਣਕਾਰੀ ਸੀਗਾ ਉਹ ਕੌਣ ਸੀਗਾ ਉਹ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਜੀ ਉਹ ਸੀਗਾ ਮੁਹੰਮਦ ਬਿਨ ਕਾਸਿਮ ਜੋ ਕਿ 712 ਏਡੀ ਦੇ ਵਿੱਚ ਆਏ ਸੀਗਾ ਲੇਕਿਨ ਉਹ ਦਾ ਸਿਰਫ ਲੁੱਟਣ ਦੇ ਇਰਾਦੇ ਨਾਲ ਆਇਆ ਸੀਗਾ ਆ ਕਹਿ ਰਿਹਾ ਜੀ ਮੁਸਲਮ ਡੋਮੀਨੇਸ਼ਨ ਥੈਟ ਮੀਨਸ ਕਿ ਮੁਸਲਮਾਨ ਮੁਸਲਮਾਨਾਂ ਦਾ ਰਾਜ ਇੰਡੀਆ ਦਾ ਸ਼ੁਰੂ ਹੋ ਗਿਆ ਸੀਗਾ ਉਹ ਹੋਇਆ ਸੀਗਾ ਜੀ 1192 ਦੇ ਵਿੱਚ ਜਦੋਂ ਸੈਕੰਡ ਬੈਟਲ ਆਫ ਤਰਾਇਨ ਦੇ ਹੋਇਆ ਸੀਗਾ ਉਦੋਂ ਜੀ ਮੁਹੰਮਦ ਗੋਰੀ ਜੇ ਨੂੰ ਕੋਈ ਗੋਰੀ ਵੀ ਕਹਿੰਦਾ ਜੀ ਗੱਲ ਉਹੀ ਹੈ ਗਰਨਾਮ ਉਹੀ ਹੈ ਮੁਹੰਮਦ ਗੋਰੀ ਵਰਸਸ ਪ੍ਰਥਵੀ ਰਾਜ ਚੋਹਾਨ ਕਿਉਂਕਿ ਜਿਹੜਾ ਫਰਸਟ ਬੈਟਰਲ ਤਰਾਇਨ ਹੋਇਆ ਸੀਗਾ ਉਹ ਹੋਇਆ ਸੀਗਾ 1191 ਦੇ ਵਿੱਚ ਇਹਦੇ ਵਿੱਚ ਪ੍ਰਥਵੀ ਰਾਜ ਚੋਹਾਨ ਜਿੱਤਿਆ ਸੀਗਾ 91 ਦੇ ਵਿੱਚ ਤੇ ਮੁਹੰਮਦ ਗੋਰੀ ਹਾਰ ਗਿਆ ਸੀਗਾ ਤੇ 92 ਵਾਲੇ ਵਿੱਚ ਪ੍ਰਥਵੀ ਰਾਜ ਚੋਹਾਨ ਹਾਰ ਗਿਆ ਸੀਗਾ ਤੇ ਮੁਹੰਮਦ ਗੋਰੀ ਜਿੱਤਿਆ ਸੀਗਾ ਤੇ ਉਸੇ ਟਾਈਮ ਤੋਂ ਜਿਹੜਾ ਸੀ ਮੁਸਲਮਨ ਡੋਮੀਨੇਸ਼ਨ ਸ਼ੁਰੂ ਹੋ ਗਈ ਸੀ ਤੇ ਇੱਕ ਬੈਟਰਲ ਆਫ ਚੰਦਾਵਰ ਵੀ ਪੁੱਛਦੇ ਨੇ ਉਹ 1194 ਦੇ ਵਿੱਚ ਹੋਇਆ ਸੀਗਾ ਇਹ ਤਿੰਨ ਬੈਟਰਲ ਜ਼ਰੂਰ ਪੁੱਛਦੇ ਨੇ ਉਮ ਜਦੋਂ ਆਪਾਂ ਇਹਦੀ ਗੱਲ ਕਰ ਰਹੇ ਹਾਂ ਤਾਂ ਆਪਸ਼ਨ ਨੰਬਰ 3 4 ਵੀ ਡਿਸਕਸ ਕਰ ਲੈਣੇ ਆ ਜਿਹੜਾ ਬੈਟਲ ਆਫ ਪਾਣੀਪਤ ਹੋਇਆ ਸੀਗਾ ਉਹ 15 26 ਦੇ ਵਿੱਚ ਹੋਇਆ ਸੀਗਾ ਆਪਾਂ ਸਾਰੇ ਜਾਣਦੇ ਹਾਂ ਜੀ ਕਿਹਦੇ ਕਿਹਦੇ ਵਿੱਚ ਹੋਇਆ ਸੀਗਾ ਬਾਬਰ ਤੇ ਇਬਰਾਹਿਮ ਲੋਦੀ ਦੇ ਵਿੱਚ ਹੋਇਆ ਸੀਗਾ ਕਿਉਂਕਿ 1192 ਤੋਂ ਬਾਅਦ ਤਾਂ ਜਦੋਂ ਮੁਹੰਮਦ ਗੋਰੀ ਆਇਆ ਸੀਗਾ ਉਸ ਤੋਂ ਬਾਅਦ ਤਾਂ ਜਿਉਂਨੇ ਇੱਕ ਜਿਹਨੋਂ ਆਪਾਂ ਦਿੱਲੀ ਸਲਤਨਤ ਕਹਿੰਦੇ ਆ ਉਹ ਸ਼ੁਰੂ ਹੋ ਗਈ ਸੀ ਜਿਵੇਂ ਤੁਸੀਂ ਸੁਣਿਆ ਹੋਣਾ ਪਹਿਲਾਂ ਗੁਲਾਮ ਵੰਸ਼ ਆਇਆ ਸੀ ਫਿਰ ਖਿਲਜੀ ਵੰਸ਼ ਆਇਆ ਸੀ ਲੋਦੀ ਆਇਆ ਸੀਗੇ ਸੈਦ ਆਏ ਸੀਗੇ ਆ ਬिच 아이 थिंक ਮੇਕਰ ਰਹਿ ਗਿਆ ਆਪਾਂ ਫਿਰ ਤਵਾਰਾ ਡਿਸਕਸ ਕਰਦੇ ਹਾਂ ਪਹਿਲਾਂ 아이 ਸੀ ਜੀ ਸਲੇਵ ਡਾਇਨਸਟੀ ਜਿਹਨੂੰ ਆਪਾਂ ਗੁਲਾਮ ਕਹਿੰਦੇ ਆ ਫਿਰ ਆਈ ਸੀਗੇ ਜੀ ਖਿਲਜੀ ਫਿਰ ਆਈ ਸੀਗੇ ਤੁਗਲਕ ਫਿਰ ਸੈयद ਤੇ ਲਾਸਟ ਵਿੱਚ ਸੀਗੇ ਲੋਦੀ ਲੋਦੀ ਦਾ ਜਿਹੜਾ ਲਾਸਟ ਵੰਸ਼ ਸੀਗਾ ਜਿਵੇਂ ਜਿਹਦਾ ਨਾਂ ਸੀਗਾ ਇਬਰਾਹਿਮ ਲੋਦੀ ਉਹਦੀ ਫਰਸਟ ਬੈਟਲ ਆਫ ਪਾਣੀਪਤ ਦੇ ਵਿੱਚ ਬਾਬਰ ਨਾਲ ਲੜਾਈ ਹੋਈ ਸੀਗੀ ਤੇ ਜਿੱਤੇ ਉਹ ਹਾਰ ਗਿਆ ਸੀਗਾ ਤੇ ਜਿਹੜੇ ਸੈਕੰਡ ਬੈਟਲ ਆਫ ਪਾਣੀਪਤ ਉਹ ਤਾਂ ਹੋਈ ਸੀ ਜੀ 1556 ਹੇਮੂ ਤੇ ਅਕਬਰ ਦੇ ਵਿੱਚ ਤਾ ਕੁਝ ਪੈਟਰਨ ਤੁਸੀਂ ਯਾਦ ਰੱਖਿਓ ਕਿਉਂਕਿ ਜੇਕਰ ਤੁਹਾਨੂੰ ਡੀਪ ਨੌਲੇਜ ਹੋਗੀ ਨਾ ਕੁਸ਼ਚਨ ਆਨਸਰ ਤੁਸੀਂ ਤਾਂ ਹੀ ਦੇ ਪਾਉਂਗੇ ਹਾਲਾਂਕਿ ਮੈਂ ਚਾਰ ਆਪਸ਼ਨ ਡਿਸਕਸ ਕਰ ਦਿੱਤੇ ਹਨ ਚੰਗੀ ਤਰ੍ਹਾਂ ਹੀ ਤਾਂ ਮੁਸਲਮਨ ਡੋਮਿਨੇਸ਼ਨ ਸ਼ੁਰੂ ਹੋਈ ਸੀਗੀ ਸੈਕਿੰਡ ਬੈਟਲ ਆਫ ਤਰਾਇਨ ਜਿਹਨੂੰ ਕੀ ਤਰਾਵੜੀ ਵੀ ਕਹਿੰਦੇ ਨੇ ਜਿਹੜਾ ਕੁਸ਼ੇਤਰਾ ਦੇ ਪਾਸ ਪੈਂਦਾ ਹੈ ਜੀ ਹਰਿਆਣਾ ਦੇ ਵਿੱਚ ਹੁਣ ਗੱਲ ਕਰ ਰਿਹਾ ਕਿ ਮੁਸਲਮਨ ਲੀਗ ਕਦੋਂ ਕਿਸ ਸਾਲ ਦੇ ਵਿੱਚ ਬਣੀ ਸੀਗੀ ਤਾਂ ਮੁਸਲਮਨ ਲੀਗ ਐਕਚੁਅਲੀ ਇੱਕ ਕਾਨਫਰੰਸ ਸੀਗੀ 올 ਇੰਡੀਆ ਮੋਮਡਨ ਐਜੂਕੇਸ਼ਨ ਕਾਨਫਰੰਸ ਜਿਹੜੀ ਬੰਗਲਾਦੇਸ਼ ਦੇ ਡਾਕਾ ਵਿੱਚ ਚੱਲ ਰਹੀ ਸੀਗੀ ਉਸ ਦੇ ਵਿੱਚ ਇਹ ਇਸ ਕਾਨਫਰੰਸ ਦੇ ਦੌਰਾਨ ਜਿਹੜੀ ਸੀਗੀ ਮੁਸਲਿਮ ਲੀਗ ਜਿਹੜੀ ਫਾਰਮ ਹੋਈ ਸੀਗੀ ਡੇਟ ਯਾਦ ਰੱਖਣੀ ਹੈ ਜੀ 6 ਸੋਰੀ 30 ਦਸੰਬਰ 1906 ਤੇ ਦਾ ਇਅਰ ਹੀ ਇੰਪੋਰਟੈਂਟ ਹੈ ਤੇ ਜੇ ਪਹਿਲੇ ਪ੍ਰੈਜ਼ੀਡੈਂਟ ਕੌਣ ਸੀਗੇ ਜੀ ਉਹ ਸੀਗੇ ਆਗਾ ਖਾਂ ਇਹ ਬਹੁਤ ਬਾਰ ਕੁਐਸਚਨ ਪੁੱਛਿਆ ਜਾਏਗਾ ਕਿ ਪਹਿਲੇ ਪ੍ਰੈਜ਼ੀਡੈਂਟ ਕੌਣ ਸੀਗੇ ਮੁਸਲਿਮ ਲੀਗ ਦੇ ਤਾਂ ਸੀਗੇ ਆਗਾ ਖਾਂ ਤੇ ਬਾਅਦ ਵਿੱਚ ਹੀ ਆ ਲੀਗ ਇਕੱਠੀ ਹੋਈ ਸੀਗੀ ਤੇ ਜਿਹੜੇ ਤੁਸੀਂ ਸੁਣਿਆ ਸੀ ਨਾ ਕਿ 1909 ਦੇ ਵਿੱਚ ਮੋਰਲੇ ਮਿੰਟੋ ਰਿਫੋਰਮ ਆਏ ਸੀਗੇ ਕਿ ਮੁਸਲਮਾਨਾਂ ਨੂੰ ਇੱਕ ਸੈਪਰੇਟ ਸੈਪਰੇਟ ਕੀ ਦਿੱਤਾ ਜਾਵੇ ਇਲੈਕਟੋਰੇਟ ਦਿੱਤਾ ਜਾਵੇ ਥੈਟ ਮੀਨਸ ਕੇ ਮੁਸਲਮ முஸ்लिम ਦੀ ਕਮਿਊਨਿਟੀ ਵਿੱਚ ਹੀ ਕੋਈ ਬੰਦਾ ਖੜਾ ਹੋਏਗਾ ਤੇ ਮੁਸਲਮ ਹੀ ਉਹਨੂੰ ਵੋਟ ਪਾਣਗੇ ਥੈਟ ਮੀਨਸ ਮੁਸਲਮਾਨਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਪੱਕੀ ਹੋ ਜਾਏਗੀ ਉਹ ਜਿੱਤਣਗੇ ਤਾਂ ਆਹ ਸੀਗਾ 1909 ਦੇ ਵਿੱਚ ਜਿਹੜਾ ਮੁਸਲਮ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ ਸੀਗਾ ਤੇ 1919 ਦੇ ਵਿੱਚ ਤਾਂ ਜੀ ਕਾਫੀ ਉਹਨ ਦਿੱਤਾ ਸੀਗਾ ਸੈਪਰੇਟ ਇਲੈਕਟੋਰੇਟ ਜਿਹਦੇ ਵਿੱਚ ਸਿੱਖ ਵੀ ਆਉਂਦੇ ਸੀਗੇ ਤੇ ਕਿ ਜਿਹੜਾ ਆਪਸ਼ਨ ਹੈ 1885 ਇਹ ਹੋਇਆ ਸੀਗਾ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਈ ਸੀਗੀ ਤੇ ਜਿਹੜਾ ਵਾਇਸਰਾਏ ਸੀਗਾ ਉਸ ਟਾਈਮ ਤੇ ਉਹ ਸੀਗਾ ਲord ਡਫਰਨ ਆ ਵੀ ਆਦ ਰਖਣਾ ਬਹੁਤ ਵਾਰ ਪੁੱਛਿਆ ਗਿਆ ਉਸ ਤੋਂ ਬਾਅਦ ਗੱਲ ਕਰ ਰਹੇਗਾ ਜੀ ਵਿਚ ਆਫ ਦਾ ਫੋਲੋਇੰਗ ਡੈਫੀਸ਼ੈਂਸੀ ਕਾਸ ਗੋਇਟਰ ਯੂ ਨੋ ਪਾ ਹਿੰਦੀ ਚ ਗੰਗਾ ਵੀ ਕਹ ਦਿੰਦੇ ਨੇ ਤੁਹਾਨੂੰ ਗਰਦਨ ਦਾ ਰੋਗ ਹੁੰਦਾ ਹੈਗਾ ਇਮੇਜ ਦੇਖ ਲਓ ਤੁਸੀਂ ਇੱਦਾਂ ਦੀ ਥੋੜਾ ਜਣਾ ਬਾਹਰ ਦੀ ਸਾਈਡ ਨੂੰ ਆ ਜਾਂਦੇ ਜਿਹੜੇ ਗਰਦਨ ਦਾ ਹਿੱਸਾ ਹੈਗਾ ਹੁਣ ਕਹਿ ਰਿਹਾ ਕਿ ਦੀ ਕਮੀ ਨਾਲ ਹੁੰਦਾ ਹੈਗਾ ਜੀ ਆਰ ਐਨ ਦੀ ਕਮੀ ਨਾਲ ਸੋਡੀਅਮ ਦੀ ਕਮੀ ਨਾਲ ਪੋਟਾਸ਼ੀਅਮ ਦੀ ਕਮੀ ਨਾਲ ਜਾਂ ਫਿਰ ਨਨ ਆਫ ਥੀਸ ਆਰ ਐਨ ਦੀ ਕਮੀ ਨਾਲ ਜਿਹੜਾ ਡਿਸੀਜ਼ ਹੁੰਦਾ ਜੀ ਉਹਨੂੰ ਕਹਿੰਦੇ ਆਪਾਂ ਐਨੀਮੀਆ ਤੇ ਜਿਹੜਾ ਗੋਇਟਰ ਹੁੰਦਾ ਜੀ ਉਹ ਹੁੰਦਾ ਹੈ ਆਇਓਡਿਨ ਦੀ ਕਮੀ ਕਰਕੇ 댓 ਮੀਨਸ ਆਇਓਡਿਨ ਦੀ ਕਮੀ ਕਿਉਂ ਬਿਕੋਜ਼ ਜੇਕਰ ਤੁਹਾਡੀ ਜਿਹੜੀ ਥਾਇਰੋਇਡ ਗਲੈਂਡ ਹੈ ਨਾ ਉਹ ਥਾਇਰੋਕਸਿਨ ਚੰਗੀ ਤਰ੍ਹਾਂ ਇੱਕ ਤਰ੍ਹਾਂ ਦੀ ਜਿੰਨੀ ਉਹਨੂੰ ਰਿਲੀਜ਼ ਕਰਨਾ ਚਾਹੀਦਾ ਉਹ ਨਹੀਂ ਕਰਦਾ ਕਰਦਾ 댓 ਮੀਨਸ ਥਾਇਰੋਇਡ ਗਲੈਂਡ ਜਿਹੜੀ ਹੈ ਉਹ ਪ੍ਰੋਪਰਲੀ ਵਰਕਿੰਗ ਨਹੀਂ ਕਰਦੀ ਹੈ ਉਸ ਕਰਕੇ ਆਇਓਡੀਨ ਦੀ ਕਮੀ ਆਂਦੀ ਹੈ ਤੇ ਇਸ ਕਰਕੇ ਗਾਇਟਰ ਰੋਗ ਜਿਹੜਾ ਹੋ ਜਾਂਦਾ ਹੈਗਾ ਤੇ ਜਿਹੜਾ ਸੋਡੀਅਮ ਐਂਡ ਪੋਟਾਸ਼ੀਅਮ ਹੈ ਨਾ ਆਪਣੀ ਮਸਲ ਕੰਟ੍ਰੈਕਸ਼ਨ ਲਈ ਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤਾਂ ਆਪਣਾ ਆਨਸਰ ਕੀ ਹੋਊਗਾ ਇਸ ਕੁਐਸਚਨ ਦਾ ਇਹ ਹੋਊਗਾ ਜੀ ਨਨ ਆਫ ਥਿਸ ਕਿਉਂਕਿ ਜੇਕਰ ਇੱਥੇ ਆਇਓਡੀਨ ਹੁੰਦਾ ਤਾਂ ਆਪਾਂ ਆਇਓਡੀਨ ਨੂੰ ਸਹੀ ਆਨਸਰ ਮੰਨਦੇ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਇਹ ਕੁਐਸਚਨ ਤੇ ਨੈਕਸਟ ਵੀਡੀਓ ਜਾਣ ਤੋਂ ਪਹਿਲਾਂ ਜੀ ਮੈਂ ਪਟਵਾਰੀ ਲਈ ਜਿਹੜੀ ਐਗਰੀਕਲਚਰ ਯੂਜ਼ ਹੋਣਾ ਹੈਗਾ ਜਿੰਨੇ ਵੀ ਐਗਰੀਕਲਚਰ ਦੇ ਕੁਐਸਚਨ ਆਣੇ ਹੈਗੇ ਬਾਦਮ ਤੇ ਇਹਦੇ ਦੋ ਪਾਰਟ ਤਾਂ ਆਲਰੇਡੀ ਆ ਚੁੱਕੇ ਨੇ ਜੇਕਰ ਤੁਸੀਂ ਨਹੀਂ ਦੇਖੇ ਐ ਤਾਂ ਇੱਥੇ ਇੱਕ ਆਈ ਬਟਨ ਆ ਰਿਹਾ ਹੋਗਾ ਤੇ ਤੁਸੀਂ ਪੰਜਾਬ ਪਟਵਾਰੀ ਜ਼ਿਲ੍ਹਾਦਾਰ ਦੇ ਲਈ ਐਗਰੀਕਲਚਰ ਦੇ ਵਿੱਚ ਆਪਣੀ ਨੋਲਿਜ ਵਧਾ ਸਕਦੇ ਹੋ ਦੇਖ ਕੇ ਇਸ ਤੋਂ ਇਲਾਵਾ ਜਿਹੜਾ ਮੌਕ ਟੈਸਟ ਪਾਣਾ ਹੈ ਜੀ ਉਹ ਮੈਂਬਰਸ ਲਈ ਪਾਣਾ ਹੈਗਾ ਤੇ ਤੁਸੀਂ ਇੱਥੇ ਕਲਿੱਕ ਕਰਕੇ ਮੇਰੇ ਚੈਨਲ ਤੇ ਜਾ ਕੇ ਤੁਹਾਨੂੰ ਇੱਧਾਂ ਜੁਆਇਨ ਦਾ ਬਟਨ ਦਿਖੂਗਾ ਉਸ ਜੁਆਇਨ ਤੇ ਜਾ ਕੇ ਤੁਸੀਂ ਮੇਰੀ ਮੈਂਬਰਸ਼ਿਪ ਲੈ ਸਕਦੇ ਹੋ ਤੇ ਤੁਹਾਨੂੰ ਜਿਹੜਾ ਮੌਕ ਟੈਸਟ ਮੈਂ ਅਵੇਲ ਕਰਾਣਾ ਨੈਕਸਟ ਕੁਐਸਚਨ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਾਰਜੇਸਟ ਆਫ ਸਟੋਰੇਜ ਆਪਾਂ ਕੰਪਿਊਟਰ ਸਟੋਰੇਜ ਦੀ ਗੱਲ ਕਰ ਰਹੇ ਹਾਂ ਇਸ ਕੁਐਸਚਨ ਦੇ ਵਿੱਚ ਕਿ ਕਿਹੜਾ ਸਭ ਤੋਂ ਵੱਡਾ ਹੁੰਦਾ ਜੀ ਗੀਗਾਬਾਈਟ ਵੱਡਾ ਹੁੰਦਾ ਫਰਸਟ ਆਪਸ਼ਨ ਕਹਿ ਰਿਹਾ ਸੈਕੰਡ ਕਹਿ ਰਿਹਾ ਕਿਲੋਬਾਈਟ ਥਰਡ ਆਪਸ਼ਨ ਕਹਿ ਰਿਹਾ ਟੈਰਾਬਾਈਟ ਫੋਰਥ ਆਪਸ਼ਨ ਕਹਿ ਰਿਹਾ ਮੈਗਾਬਾਈਟ ਕੁਐਸਚਨ ਕਾਫੀ ਈਜ਼ੀ ਹੈ ਬਟ ਟੈਕਨੀਕਲ ਹੈ ਆਪਾਂ ਆਪ ਦੇਖਦੇ ਆ ਆਪਾਂ ਨੇ ਕੰਮ ਕਰਦੇ ਆਪਾਂ ਨਾ ਸ਼ੁਰੂ ਤੋਂ ਸ਼ੁਰੂ ਕਰਦੇ ਆ ਮਤਲਬ ਕਿ ਸਟਾਰਟਿੰਗ ਦੇ ਜਿਹੜੇ ਸਿੰਬਲ ਹੁੰਦੇ ਨੇ ਜਿਹੜਾ ਬਾਈਨਰੀ ਡਿਜੀਟ ਹੁੰਦਾ ਜੀ ਉਹ 1 ਬਿਟ ਦਾ ਹੁੰਦਾ ਹੈਗਾ ਤੇ ਨਾ ਜਿਹੜਾ ਆਪਣਾ ਨਿਬਲ ਹੁੰਦਾ ਉਹ 4 ਬਿਟ ਦਾ ਹੁੰਦਾ ਅਦਰੋਂ ਤੁਸੀਂ ਬਿਟ ਹੈ ਬਾਈਟ ਹੈ ਤੇ ਜਿਹੜਾ ਬਾਈਟ ਹੈ ਬੀ ਵਾਈਟੀਈ ਹੈਗਾ ਇੱਕ ਬਾਈਟ ਦੇ ਵਿੱਚ ਨਾ ਅੱਠ ਬਿਟ ਆਉਂਦੇ ਨੇ ਜੀ ਉਸ ਤੋਂ ਬਾਅਦ ਨਾ ਆਪਣਾ ਫਿਰ ਸਟਾਰਟ ਹੋ ਜਾਂਦਾ ਜੀ 1024 ਆਹ ਦਾ ਆਪਾਂ ਟੈਗ ਯਾਦ ਰੱਖਣਾ ਹੀ ਰੱਖਣਾ ਹੈਗਾ ਯਾਨੀ ਕਿ ਆਪਾਂ ਅੱਠ ਇੱਕ ਬਾਈਟ ਦੇ ਵਿੱਚ ਅੱਠ ਬਿਟ ਬਣਾ ਚੁੱਕੇ ਸੀਗੇ ਤੇ ਹੁਣ ਜੇਕਰ ਆਪਾਂ ਆਹ ਬਾਈਟ ਇੱਥੇ ਲਾ ਦਾਂਗੇ ਨਾ ਤਾਂ ਕੀ ਬਣ ਜੂਗਾ 1kb ਬਣ ਜੂਗਾ ਜਿਹੜਾ ਕਿ ਇੱਥੇ ਲਿਖਿਆ ਹੋਇਆ ਹੈਗਾ ਉਸ ਤੋਂ ਬਾਅਦ ਕੀ ਕਰਾਂਗਾ ਜੀ ਮੈਂ 1024kb ਬਣਾਵਾਂਗਾ ਤਾਂ mb ਬਣ ਜੂਗਾ ਫਿਰ ਇਸ mb ਨੂੰ ਇੱਧਰ ਲਿਆਵਾਂ ਤਾਂ ਇੱਕ 1024MB ਨੂੰ ਆਪਾਂ 1GB ਕਹਿ ਦਿੰਨੇ ਆ ਕਿਉਂਕਿ ਅੱਜ ਕੱਲ ਆਪਾਂ ਫੋਨ ਜਿਹੜੇ ਯੂਜ਼ ਕਰਦੇ ਹਾਂ ਦੇਖੋ ਨੀ 4 64 ਬੋਲ ਦਿੰਨੇ ਆ ਆਪਾਂ ਉਹ 4 64 ਬੇਸਿਕਲੀ ਕਰਦਾ ਕੀ ਆ ਯਾਰ ਉਹ ਜਿਹੜਾ 64 ਹੈਗਾ ਉਹ ਇੰਟਰਨਲ ਮੈਮਰੀ ਦੀ ਗੱਲ ਕਰਦਾ ਹੈਗਾ ਤੇ ਜਾਂ 4GB ਰਾਮ ਦੀ ਗੱਲ ਕਰ ਦਿੰਦੇ ਜੀ ਰੈਂਡਮ ਐਕਸੈਸ ਮੈਮਰੀ ਦੀ ਉਸ ਤੋਂ ਬਾਅਦ ਗੱਲ ਕਰਦੇ ਹਾਂ 1024GB ਮਿਲ ਜੂਗਾ ਤਾਂ ਟੈਰਾਬਾਈਟ ਬਣ ਜੂਗਾ 1024TB ਬਣ ਜੂਗਾ ਤਾਂ ਪੈਟਾਬਾਈਟ ਬਣ ਜੂਗਾ 1024 ਪੈਟਾਬਾਈਟ ਬਣੂਗਾ ਤਾਂ ਯੈਟਾ ਐਕਸਾਬਾਈਟ ਬਣ ਜਾਊਗਾ 1024 ਐਕਜ਼ਾਬਾਈਟ ਬਣਗੇ ਤਾਂ ਉਹ ਹੀ ਕਿ ਜ਼ੈਟਾਬਾਈਟ ਬਣ ਜਾਊਗਾ ਉਹ ਤੋਂ ਬਾਅਦ ਯੋਟਾਬਾਈਟ ਬਰੋਂਟੋਬਾਈਟ ਕਿਊਬ ਬਾਈਟ ਲੇਕਿਨ ਐਗਜ਼ਾਮ ਮਿਲਣਾ ਤੁਸੀਂ ਨਾ ਪੈਟਾਬਾਈਟ ਤੱਕ ਯਾਦ ਰੱਖ ਸਕਦੇ ਹੋ ਕਿਉਂਕਿ ਮੈਂ ਹਰ ਤੱਕ ਜਿੰਨੇ ਐਗਜ਼ਾਮ ਦੇਖੇ ਨੇ ਉਹਨਾਂ ਵਿੱਚ ਪੈਟਾਬਾਈਟ ਬਾਰੇ ਪੁੱਛਿਆ ਗਿਆ ਸੀਗਾ ਇਹ ਤੋਂ ਜ਼ਿਆਦਾ ਮੈਂ ਨਹੀਂ ਦੇਖਿਆ ਹੋ ਸਕਦਾ ਪੁੱਛਿਆ ਵੀ ਜਾਵੇ ਇਸ ਲਈ ਮੈਂ ਜਿਹੜਾ ਹੈਗਾ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਲਾ ਦਿੱਤੀਆਂ ਨੇ ਤੇ ਜੇਕਰ ਮੈਂ ਇਹਨਾਂ ਚਾਰਾਂ ਦੇ ਵਿੱਚ ਗੱਲ ਕਰਾਂ ਤਾਂ ਓਬਵੀਜੀ ਗੱਲ ਹੈ ਜੀ ਉਹ ਟੈਰਾਬਾਈਟ ਹੀ ਵੱਡਾ ਹੈਗਾ ਕਿਉਂਕਿ 1024 ਗੀਗਾਬਾਈਟ ਜਾਂ ਫਿਰ ਮੈਂ ਜੀ ਵੀ ਲਿਖਦਾ ਉਨਾ ਨੂੰ ਮਿਲ ਕੇ ਇੱਕ ਟੀਵੀ ਬਣਦਾ ਹੈਗਾ ਜੀ ਟੈਰਾਬਾਈਟ ਤੇ ਅਗਲੇ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਟੈਲੀਗ੍ਰਾਮ ਤੇ ਤੁਹਾਨੂੰ ਜਿਹੜਾ ਹੈ ਪੀਡੀਐਫ ਮਿਲ ਜਾਏਗੀ ਇਸ ਵੀਡੀਓ ਦੀ ਤੇ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਫੇਸਬੁਕ ਤੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਪੁੱਛ ਸਕਦੇ ਹੋ ਤੇ ਮੈਂ ਆਲਮੋਸਟ ਸਾਰੀ ਕੁਐਰੀਜ਼ ਦੇ ਆਨਸਰ ਦੇਣਾ ਹੀ ਹਾਂ ਹੁਣ ਗੱਲ ਕਰ ਰਹੇ ਹਾਂ ਦਾ ਫਰਸਟ ਪੇਜ ਦੈਟ ਯੂ ਨਾਰਮਲੀ ਵਿਊ ਐਟ ਐਨੀ ਵੈਬਸਾਈਟ ਇਜ਼ ਨੋਨ ਐਸ ਮੰਨ ਲਓ ਤੁਸੀਂ ਨਾ ਕੋਈ ਵੈਬਸਾਈਟ ਖੋਲ ਰਹੇ ਹੋ ਮੰਨ ਲਓ ਤੁਸੀਂ ਨਾ www www.google ਹੀ ਖੋਲ ਲਿਆ ਮੰਨ ਲਓ ਇੱਕ ਕਰਕੇ ਜਾਂ ਫਿਰ ਅੱਜ ਕੱਲ ਆਪਾਂ ਐਗਜ਼ਾਮ ਦੇ ਰਹੇ ਆ ਨਾ ਮੰਨ ਲਓ ਤੁਸੀਂ ppsc ਦੀ ਸਾਈਟ ਖੋਲੀ ppsc.gov.in ਤਾਂ ਜਿਹੜਾ ਸਭ ਤੋਂ ਪਹਿਲਾ ਪੇਜ ਖੁੱਲਦਾ ਹੈ ਨਾ ਨਾਰਮਲੀ ਤਾਂ ਉਸ ਫਸਟ ਪੇਜ ਨੂੰ ਕੀ ਕਹਿੰਦੇ ਨੇ ਹੋਮ ਪੇਜ ਕਹਿੰਦੇ ਨੇ ਫਸਟ ਪੇਜ ਕਹਿੰਦੇ ਨੇ ਮਾਸਟਰ ਪੇਜ ਜਾਂ ਬੈਨਰ ਪੇਜ ਤੇ ਸਭ ਤੋਂ ਬੈਟਰ ਐਗਜ਼ਾਮਪਲ ਹੈ ਗੂਗਲ ਦੀ ਤੁਸੀਂ ਦੇਖਿਆ ਹੋਣਾ ਨਾਰਮਲੀ ਤੁਸੀਂ ਸਾਰੇ ਮੋਬਾਈਲਾਂ ਵਿੱਚ ਜਦੋਂ ਵੀ ਤੁਸੀਂ ਕ੍ਰੋਮ ਖੋਲਦੇ ਹੋ ਜਾਂ ਫਿਰ ਬ੍ਰਾਊਜ਼ਰ ਖੋਲਦੇ ਹੋ ਤਾਂ ਆ ਸਭ ਤੋਂ ਉੱਪਰ ਹੁੰਦਾ ਹੈਗਾ ਜੀ ਤਾਂ ਇਹਨੂੰ ਆਪਾਂ ਕਹਿੰਦੇ ਆ ਹੋਮ ਪੇਜ ਆ ਜਿਹੜਾ ਹੈਗਾ ਗੂਗਲ ਦਾ ਹੋਮ ਪੇਜ ਹੈਗਾ ਕੋਈ ਵੀ ਆਪਾਂ ਵੈਬਸਾਈਟ ਖੋਲਾਂਗੇ ਜ ਜਦਾ ਉਹ ਪਹਿਲਾ ਪੇਜ ਨਿਕਲੂਗਾ ਨਾਰਮਲੀ ਉਹ ਨੂੰ ਆਪਾਂ ਹੋਮ ਪੇਜ ਕਹਾਂਗੇ ਨੈਕਸਟ ਕੁਐਸਚਨ ਹੈਗਾ ਜੀ ਆ ਕਹਿ ਰਿਹਾ ਕਿ ਇੰਡੀਆ ਦੇ ਵਿੱਚ ਪਹਿਲੀ ਵਾਰ ਐਮਰਜੈਂਸੀ ਕਦੋਂ ਡਿਕਲੇਅਰ ਕੀਤੀ ਗਈ ਸੀਗੀ ਕਿਉਂਕਿ ਇੱਥੇ ਕੱਲਾ ਐਮਰਜੈਂਸੀ ਲਿਖਿਆ ਹੈ ਜੀ ਤਾਂ ਦੈਟ ਮੀਨਸ ਆਪਾਂ ਗੱਲ ਕਰ ਰਹੇ ਆ ਨੈਸ਼ਨਲ ਐਮਰਜੈਂਸੀ ਦੀ ਜੋ ਕਿ ਹਲੇ ਤੱਕ ਟੋਟਲ 3 ਵਾਰ ਲੱਗ ਚੁੱਕੀ ਹੈ ਕੁਐਸਚਨ ਦੇ ਵਿੱਚ ਪੁੱਛ ਰਿਹਾ ਕਿ ਫਸਟ ਟਾਈਮ ਕਦੋਂ ਲੱਗੀ ਸੀਗੀ ਬੇਸਿਕਲੀ ਤੁਹਾਨੂੰ ਪਤਾ ਹੀ ਹੋਣਾ ਕਿਸ ਆਰਟੀਕਲ ਦੇ ਅੰਦਰ ਲੱਗਦੀ ਹੈ ਉਹ ਆਪਾਂ ਨੂੰ ਪਤਾਈ ਹੈ ਜੀ 352 356 ਤੇ 360 ਆ ਨੈਸ਼ਨਲ ਐਮਰਜੈਂਸੀ ਆ ਜੀ ਆ ਹੈਗੀ ਹੈ ਸਟੇਟ ਐਮਰਜੈਂਸੀ ਆ ਹੈਗੀ ਹੈ ਜੀ ਫਾਈਨੈਂਸ਼ੀਅਲ ਐਮਰਜੈਂਸੀ ਕਿਉਂਕਿ ਜਿਹੜੀ ਫਾਈਨੈਂਸ਼ੀਅਲ ਐਮਰਜੈਂਸੀ ਆ ਉਹ ਹਲੇ ਤੱਕ ਇੱਕ ਵਾਰ ਵੀ ਨਹੀਂ ਲੱਗੀ ਹੈ ਤੇ ਉਮੀਦ ਕਰੋ ਕਿ ਅੱਗੇ ਵੀ ਨਾ ਲੱਗੇ ਕਦੇ ਤੇ ਜਿਹੜਾ ਇਸ ਕੁਐਸਚਨ ਦਾ ਆਨਸਰ ਹੈਗਾ ਜੀ ਉਹ ਆਪਾਂ ਹੁਣ ਦੇਖ ਲਨੇ ਆਂ ਕੀ ਸਭ ਤੋਂ ਪਹਿਲਾਂ ਮਰਜੈਂਸੀ ਲੱਗੀ ਸੀਗੀ ਜਦੋਂ ਇੰਡੀਆ ਚਾਈਨਾ ਬੋਰ ਹੋਇਆ ਸੀਗਾ ਚਾਈਨਾ ਐਗਰੈਸ਼ਨ ਹੋਇਆ ਸੀਗਾ ਕਿਉਂਕਿ ਚਲੋ ਪਹਿਲਾਂ ਡਿਸਕਸ ਕਰ ਲੈਣਾ ਫਿਰ ਦੱਸਦਾ ਮੈਂ ਕੀ ਹੁੰਦਾ ਵਿੱਚ ਕਿਹੜਾ ਫਸਟ ਟਾਈਮ 1962 ਦੇ ਵਿੱਚ ਸੈਕਿੰਡ ਟਾਈਮ ਜਦੋਂ ਇੰਡੀਆ ਪਾਕਿਸਤਾਨ ਬੋਰ ਹੋਇਆ ਸੀਗਾ 71 ਦੇ ਵਿੱਚ ਤੇ ਥਰਡ ਟਾਈਮ ਲੱਗੀ ਸੀ ਜੀ ਜਦੋਂ ਇੰਦਰਾ ਗਾਂਧੀ ਦੀ ਸਰਕਾਰ गिरਣ ਵਾਲੀ ਸੀਗੀ ਯਾਨੀ ਕਿ ਉਹਨਾਂ ਨੂੰ ਇਲੈਕਸ਼ਨ ਦੇ ਵਿਤਾਂਦਲੇਬਾਜੀ ਲਈ ਇਲਾहाबाद ਹਾਈ ਕੋਰਟ ਨੇ ਦੋਸ਼ੀ ਠਹਿਰਾਇਆ ਸੀਗਾ ਤਾਂ ਉਹਦੇ ਉਹਨਾਂ ਚੱਕਰਾਂ ਦੇ ਵਿੱਚ ਉਹਨਾਂ ਨੇ ਇੰਟਰਨਲ ਡਿਸਟਰਬੈਂਸ ਦੇ ਗਰਾਉਂਡ ਦੇ ਉੱਪਰ ਜਿਹੜੀ ਸੀਗੀ ਉਸ ਟਾਈਮ ਦੇ ਤਤਕਾਲੀ ਨੇ ਜਿਹੜੇ ਆਪਣੇ ਰਾਸ਼ਟਰਪਤੀ ਸੀਗੇ ਫਕਰੁਦੀਨ ਅਲੀ ਅਹਿਮਦ ਉਹਨਾਂ ਦੇ ਆਰਡੀਨੈਂਸ ਨਾਲ ਉਹ ਆਰਡੀਨੈਂਸ ਦਾ ਵਰਡ ਮੈਂ ਯੂਜ਼ ਨਹੀਂ ਕਰਾਂਗਾ ਤੇ ਉਹਨਾਂ ਨੇ ਪ੍ਰੋਕਲੇਮੇਸ਼ਨ ਦਿੱਤੀ ਸੀ ਕਿ ਐਮਰਜੈਂਸੀ ਲੱਗ ਗਈ ਹੈ ਤਾਂ ਤਿੰਨ ਬਾਰ ਟੋਟਲ ਜਿਹੜਾ ਇੰਡੀਆ ਦੇ ਵਿੱਚ ਐਮਰਜੈਂਸੀ ਲੱਗੀ ਸੀਗੀ ਪਹਿਲੀ ਵਾਰ ਕਦੋਂ ਲੱਗੀ 1962 ਦੇ ਵਿੱਚ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਕਿਵੇਂ-ਕਿਵੇਂ ਲੱਗਦੀ ਹੈ ਐਮਰਜੈਂਸੀ ਤਾਂ ਉਹ ਲੱਗਦੀ ਹੈ ਜੀ ਇੱਕ ਤਾਂ ਵਾਰ ਟਾਈਮ ਤੇ ਯਾਫਿਰ ਐਕਸਟਰਨਲ ਅਗਰੈਸ਼ਨ ਹੋ ਜਿਵੇਂ ਚਾਈਨਾ ਨੇ ਕੀਤਾ ਸੀਗਾ ਜਾਂ ਫਿਰ ਜਿਹੜਾ ਥਰਡ ਸੀਗਾ ਉਹ ਸੀਗਾ ਇੰਟਰਨਲ ਡਿਸਟਰਬੈਂਸ ਜਿਹੜਾ ਕਿ 44ਵੇਂ ਐਮੈਂਡਮੈਂਟ ਕਰਕੇ ਇਸ ਵਰਡ ਨੂੰ ਹਟਾ ਦਿੱਤਾ ਗਿਆ ਸੀਗਾ ਥੈਟ ਮੀਨਸ ਕੋਈ ਵੀ ਸਰਕਾਰ ਹੋਊਗੀ ਤਾਂ ਉਹ ਇੰਟਰਨਲ ਡਿਸਟਰਬੈਂਸ ਦੇ ਨਾਂ ਤੇ ਦੇ ਕੇ ਉਹ ਐਮਰਜੈਂਸੀ ਲਾ ਸਕਦੀ ਹੈਗੀ ਤਾਂ 44th ਦੇ ਨਾਲ ਕੀ ਕਰਤਾ ਸੀਗਾ ਉਹਨੂੰ ਕੈਨਸਲ ਕਰ ਦਿੱਤਾ ਸੀਗਾ ਤੇ ਬਾਅਦ ਦੇ ਵਿੱਚ ਕੀ ਕਰਤਾ ਗਿਆ ਵੀ ਜਿ ਇੱਕ ਆਰਮੀ ਰਿਬੈਲੀਅਨ ਇਸ ਦੇ ਗਰਾਉਂਡ ਤੇ ਵੀ ਐਮਰਜੈਂਸੀ ਲੱਗ ਸਕਦੀ ਹੈ ਯਾਨੀ ਕਿ ਜੇਕਰ ਆਰਮੀ ਵਿਦਰੋਹ ਕਰ ਦੇ ਦੇ ਇਸ ਦੇ ਵਿੱਚ ਤਾਂ ਆ ਜਿਹੜੇ ਗਰਾਉਂਡ ਨੇ ਉਹ ਆਪਣੀ ਕੰਟਰੀ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰਨ ਲਈ ਬਣਦੇ ਨੇ ਤੇ ਜਿਹੜੇ ਕਿਹੜੇ ਆਰਟੀਕਲ ਨੇ ਉਹ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਤਾਂ ਕੁਐਸਚਨ ਦੇ ਵਿੱਚ ਪੁੱਛਿਆ ਸੀਗਾ ਫਸਟ ਕਦੋਂ ਲੱਗੀ ਸੀਗੀ ਤਾਂ 1962 ਦੇ ਵਿੱਚ ਲੱਗੀ ਸੀ ਸੈਕੰਡ ਪੁੱਛਿਆ ਤਾਂ ਆਪਾਂ 71 ਅਨਸਰ ਲਾ ਦਿੰਦੇ ਥਰਡ ਪੁੱਛਿਆ ਤਾਂ ਆਪਾਂ 75 ਲਾ ਦਿੰਦੇ ਯਾਨੀ ਕਿ ਜੇ ਆਪਾਂ ਕਹਾਂ ਨਾ ਜੇ ਲਾਸਟ ਐਮਰਜੈਂਸੀ ਆ ਫਿਰ ਰੀਸੈਂਟ ਐਮਰਜੈਂਸੀ ਕਦੋਂ ਲੱਗੀ ਸੀਗੀ ਤਾਂ 1975 ਦੇ ਵਿੱਚ ਲੱਗੀ ਸੀ ਆਈ ਹੋਪ ਤੁਹਾਨੂੰ ਸਾਰੇ ਹੀ ਪੁਆਇੰਟ ਬੰਦ ਦੱਸ ਚੁੱਕਿਆ ਤੇ ਸਾਰੇ ਤੁਹਾਨੂੰ ਕਲੀਅਰ ਵੀ ਹੋਣਗੇ ਹੁਣ ਗੱਲ ਕਰ ਰਹੇ ਕੀ ਇੰਟਰਸਟ ਰੇਟ ਐਟ which that ਰਿਵਰਸ ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਕਿ ਆਰਬੀਆਈ ਲੋਨ ਦਿੰਦਾ ਹੈਗਾ ਕਮਰਸ਼ੀਅਲ ਬੈਂਕ ਨੂੰ ਫੋਰ ਅ ਜਰਨਲ ਆਪਰੇਸ਼ਨ ਇਸ ਕੋਲਡ ਯਾਨੀ ਕਿ ਮੰਨ ਲਓ ਆਪਨਾ ਰਿਜ਼ਰਵ ਬੈਂਕ ਆਫ ਇੰਡੀਆ ਹੈ ਤੇ ਆ ਕੋਈ ਬੈਂਕ ਹੈਗਾ ਕਮਰਸ਼ੀਅਲ ਬੈਂਕ ਬਿਸਕਲੀ ਕਰਕੇ ਰਹੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਇਸ ਨੂੰ ਕਿਸੇ ਇੰਟਰਸਟ ਰੇਟ ਤੇ ਜਿਹੜਾ ਲੋਨ ਦੇ ਰਹਿਗਾ ਕਿਸੇ ਜਰਨਲ ਆਪਰੇਸ਼ਨ ਲਈ ਤਾਂ ਉਸ ਨੂੰ ਕੀ ਕਵਾਂਗੇ ਆਪਾਂ ਤਾਂ ਉਸ ਜੀ ਨੂੰ ਆਪਾਂ ਕਵਾਂਗੇ ਜੀ ਬੈਂਕ ਰੇਟ ਹਾਲਾਂਕਿ ਇੱਥੇ ਰੈਪੋ ਰੇਟ অপਸ਼ਨ ਵੀ ਹੈਗਾ ਉਹ ਵੀ ਮੈਂ ਸਮਝਾਣਾ ਤੁਹਾਨੂੰ ਇਸਕੇ ਲਈ ਹੁੰਦਾ ਕੀ ਹੈ ਜਦੋਂ ਵੀ ਆਰਬੀਏ ਪੈਸੇ ਦਿੰਦਾ ਹੈ ਨਾ ਉਹ ਦੋ ਤਰੀਕੇ ਨਾਲ ਕਿ ਤਾਂ ਬੈਂਕ ਰੇਟ ਤੇ ਦਿੰਦਾ ਇੱਕ ਰੈਪੋ ਰੇਟ ਤੇ ਦਿੰਦਾ ਜੀ ਰੈਪੋ ਰੇਟ ਤੇ ਬੇਸਿਕਲੀ ਕੀ ਕਰਦਾ ਹੈ ਉਹ ਸ਼ਾਰਟ ਟਰਮ ਲਈ ਪੈਸੇ ਜਿਹੜਾ ਦਿੰਦਾ ਹੈਗਾ ਤੇ ਬੈਂਕ ਰੇਟ ਜਿਹੜਾ ਹੈ ਉਹ ਲੌਂਗ ਟਰਮ ਤੇ ਪੈਸੇ ਦਿੰਦਾ ਹੈਗਾ ਆਰਬੀਆਈ ਕਮਰਸ਼ੀਅਲ ਬੈਂਕ ਨੂੰ ਜੇਕਰ ਇੱਥੇ ਜਨਰਲ ਆਪਰੇਸ਼ਨ ਵਰਡ ਨਾ ਯੂਜ਼ ਕਰਕੇ ਸ਼ਾਰਟ ਟਰਮ ਵਰਡ ਯੂਜ਼ ਕੀਤਾ ਜਾਂਦਾ ਤਾਂ ਆਪਾਂ ਰੈਪੋ ਰੇਟ ਲਾ ਸਕਦੇ ਸੀਗੇ ਆਦਰਵਾਇਜ਼ ਆਪਾਂ ਬੈਂਕ ਰੇਟ ਨੂੰ ਹੀ ਕਲਿੱਕ ਕਰਾਂਗੇ ਕਿਉਂਕਿ ਇਹ ਜਨਰਲ ਆਪਰੇਸ਼ਨ ਦੀ ਜੇਕਰ ਗੱਲ ਕਰੂਗਾ ਤੇ ਜਦੋਂ ਵੀ ਕਿਸੇ ਕਮਰਸ਼ੀਅਲ ਬੈਂਕ ਕੋਲ ਪੈਸਾ ਜਿਹੜਾ ਸਰਪਲਸ ਹੋਊਗਾ ਤਾਂ ਉਹ ਕੀ ਕਰੂਗਾ ਉਹ RBI ਨੂੰ ਪੈਸਾ ਜਿਹੜਾ ਹੈ ਰਿਵਰਸ ਰੈਪੋ ਰੇਟ ਦੇ ਉੱਪਰ RBI ਨੂੰ ਦੇ ਦੇਊਗਾ ਇਹ ਥੋੜੀ ਜੀ ਟਰਮ ਯਾਦ ਰੱਖਣ ਵਾਲੀਆਂ ਨੇ ਰੈਪੋ ਰੇਟ ਤੇ ਰਿਵਰਸ ਰੈਪੋ ਰੇਟ ਬਟ ਇਸ ਕੁਸ਼ਨ ਦਾ ਆਨਸਰ ਜਿਹੜਾ ਸਹੀ ਹੈ ਉਹ ਹੈ ਆਪਸ਼ਨ ਨੰਬਰ ਸੀ ਹੁਣ ਗੱਲ ਕਰ ਰਹੇ ਜੀ FIFA ਵਰਲਡ ਕੱਪ ਜਿਹੜਾ 2022 ਦੇ ਵਿੱਚ ਹੋਣਾ ਤੇ 22ਵਾਂ ਹੀ ਹੋਣਾ ਹੈਗਾ FIFA ਫੁੱਟਬਾਲ ਦੇ ਲਈ ਹੁੰਦਾ ਤੁਹਾਨੂੰ ਪਤਾ ਹੀ ਹੈ ਜੀ ਇਹ ਹੋਊਗਾ ਕਤਰ ਦੇ ਵਿੱਚ ਜਾਂ ਫਿਰ ਤੁਸੀਂ ਕਤਰ ਵੀ ਕਹਿ ਸਕਦੇ ਹੋ ਆਪਣੇ ਆਪਣੇ ਪ੍ਰੋਨਨਸੀਏਸ਼ਨ ਦਾ ਤਰੀਕਾ ਹੈ ਜੀ ਕੈਪੀਟਲ ਹੈ ਦੀ ਦੋਹਾ ਤੇ ਜਿਹੜਾ FIFA ਦਾ ਹੈੱਡਕੁਆਟਰ ਹੈ ਉਹ ਹੈਗਾ ਜੀ ਜ਼ੂਰਿਕ ਦੇ ਵਿੱਚ ਤਾਂ ਇਸ ਹਾਮ ਨਾਲ ਇਹਦਾ ਆਨਸਰ ਕੀ ਹੋ ਜੂਗਾ ਥੈਟ ਇਜ਼ অপਸ਼ਨ ਨੰਬਰ ਡੀ ਇਨ ਕਤਰ ਤੇ ਜੇਕਰ ਮੈਂ ਗੱਲ ਕਰਾਂ ਜੀ 2018 ਦੇ ਵਿੱਚ ਫੁੱਟਬਾਲ ਵਰਲਡ ਕੱਪ ਕਿੱਥੇ ਹੋਇਆ ਸੀਗਾ ਕਿਉਂਕਿ ਆ ਮੋਸਟਲੀ 4 ਸਾਲ ਬਾਅਦ ਹੀ ਹੁੰਦਾ ਹੈਗਾ ਤੇ ਜਿਹੜਾ 18 ਦੇ ਵਿੱਚ ਹੋਇਆ ਸੀਗਾ ਉਹ ਹੋਇਆ ਸੀਗਾ ਜੀ ਰਸ਼ੀਆ ਦੇ ਵਿੱਚ ਨੈਕਸਟ ਕੁਅਲ ਕਰ ਰਹਾ ਕਿ ਨਰਸੀਮਾ ਕਮੇਟੀ ਜਿਹੜੀ ਆ ਉਹ ਕਿਸ ਨਾਲ ਲੇਟ ਕਰਦੀ ਹੈ ਐਗਰੀਕਲਚਰ ਰਿਫਾਰਮਸ ਨਾਲ ਬੈਂਕਿੰਗ ਸੈਕਟਰ ਰਿਫਾਰਮ ਨਾਲ ਲੈਂਡ ਰਿਫਾਰਮ ਨਾਲ ਜਾਂ ਫਿਰ ਲੇਬਰ ਰਿਫਾਰਮ ਨਾਲ ਤਾਂ ਜਿਹੜੀ ਨਰਸੀਮਾ ਕਮੇਟੀ ਹੈ ਜੀ ਉਹ ਬੁਲੰਗ ਕਰਦੀ ਹੈ ਬੈਂਕਿੰਗ ਸੈਕਟਰ ਰਿਫਾਰਮਸ ਨਾਲ ਕਿਉਂਕਿ ਜਿਹੜੇ ਆਰਆਰਬੀ ਬੈਂਕ ਸੀਗੀ ਰੀਜਨ ਰੂਰਲ ਬੈਂਕ ਸੀਗੀ ਉਹ ਇਸੇ ਕਮੇਟੀ ਦੇ ਦੌਰਾਨ ਆਈ ਸੀਗੀ ਤੇ ਜਦੋਂ ਐਲਪੀਜੀ ਇੰਟਰੋਡਿਊਸ ਹੋਇਆ ਸੀਗਾ ਜੀ ਉਹ ਵੀ ਇਸ ਟਾਈਮ ਦੀ ਗੱਲ ਹੈ ਨਰਸੀਮਾ ਕਮੇਟੀ ਦੀ ਕਿਉਂਕਿ ਉਸ ਟਾਈਮ ਆਪਣੇ ਫਾਈਨੈਂਸ ਮਿਨਿਸਟਰ ਕੌਣ ਸੀਗੇ ਡਾਕਟਰ ਮਨਮੋਹਨ ਸਿੰਘ ਤੇ ਆਪਣੇ ਪੀਐਮ ਕੌਣ ਸੀਗੇ ਪੀਵੀ ਨਰਸੀਮਾ ਰਾਓ ਤੇ ਜੇ ਇਹ ਦੇ ਇਹ ਦੋ ਦੇਖ ਰਿਹਾ ਹੋਪਸ਼ਨ ਨੰਬਰ ਸੀ ਲੈਂਡ ਰਿਫਾਰਮ ਇਹ 9051 ਦੇ ਵਿੱਚ ਹੋਇਆ ਸੀਗਾ ਜੀ ਜਦੋਂ ਆਪਣਾ ਫਰਸਟ ਕਨਸਟੀਟਿਊਸ਼ਨ ਅਮੈਂਡਮੈਂਟ ਕੀਤਾ ਗਿਆ ਸੀਗਾ ਇਹਦੇ ਵਿੱਚ ਬੇਸਿਕਲੀ ਕੀਤਾ ਕੀ ਸੀਗਾ ਕਿ ਜ਼ਿਮੀਦਾਰੀ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ ਸੀਗਾ ਕਈ ਮੈਨ ਪੁੱਛਣ ਦੇ ਨੇ ਨਾ ਕਿ ਜਦੋਂ ਆਪਣਾ ਅਸਵਿਧਾਨ ਬਣ ਗਿਆ ਸੀਗਾ ਤਾਂ 26 ਜਨਵਰੀ ਨੂੰ 1950 ਇੰਪਲੀਮੈਂਟ ਹੋ ਗਿਆ ਸੀਗਾ ਜੀ ਉਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾਂ ਸੰਵਿਧਾਨ ਸੰਸ਼ੋਧਨ ਹੋਇਆ ਅੰਡਰ ਆਰਟੀਕਲ 368 ਉਹ ਹੋਇਆ ਸੀਗਾ ਜੀ ਲੈਂਡ ਰੀਫਾਰਮ ਬਾਰੇ ਜਿਹੜਾ ਕਿ 9th ਸ਼ੈਡਿਊਲ ਦੇ ਵਿੱਚ ਲਿਖਿਆ ਹੋਇਆ ਹੈਗਾ ਟੋਟਲ 12 ਸ਼ੈਡਿਊਲ ਨੇ ਅੱਜ ਦੀ ਡੇਟ ਦੇ ਵਿੱਚ ਹੁਣ ਆ ਗੱਲ ਕਰ ਰਹੇ ਜੀ ਵਿਚ ਵਾਸ ਫੋਲੋਇੰਗ ਵਾਸ ਨਾਟ ਸਟਾਰਟਡ ਬਾਈ ਮਹਾਤਮਾ ਗਾਂਧੀ ਆ ਚਾਰ ਆਪਸ਼ਨ ਦਿੱਤੇ ਨੇ ਜੀ ਪੁੱਛਿਆ ਕਿ ਨਾਲ ਵਿੱਚੋਂ ਕਿਹੜਾ ਮਹਾਤਮਾ ਗਾਂਧੀ ਨੇ ਸ਼ੁਰੂਆਤ ਨਹੀਂ ਕੀਤੀ ਸੀਗੀ ਆ ਕੁਐਸਚਨ ਧਿਆਨ ਦੇਖ ਲਿਓ ਜੀ ਨਾਟ ਲਿਖਿਆ ਹੋਇਆ ਹੈਗਾ ਕਈ ਵਾਰ ਆਪਾਂ ਫਲੋ ਫਲੋ ਦੇ ਵਿੱਚ ਨਾਲ ਨਾਟ ਵਰਡ ਪੜ੍ਹਨਾ ਭੁੱਲ ਜਾਂਦੇ ਆ ਤੇ ਆਨਸਰ ਸੋਚਦੇ ਆ ਕਿ ਆਨਸਰ ਤਾਂ ਜੀ ਉਹੀ ਸੀਗਾ ਲੇਕਿਨ ਹੁੰਦਾ ਕੁਝ ਹੋਰ ਹੈ ਕਹਿ ਰਹੇ ਮਹਾਤਮਾ ਗਾਂਧੀ ਨੇ ਨਹੀਂ ਸ਼ੁਰੂ ਕੀਤਾ ਸੀਗਾ 1942 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੇ ਕੋਈ ਇੰਡੀਆ ਮੂਵਮੈਂਟ ਸ਼ੁਰੂ ਹੋਇਆ ਸੀਗਾ 9 ਅਗਸਤ ਨੂੰ ਤੇ ਇਸੇ ਦੌਰਾਨ ਜਿਹੜਾ ਸੀਗਾ ਇੱਕ ਆ ਵਾਇਲੈਂਟ ਮੂਵਮੈਂਟ ਸੀਗਾ ਤੇ ਗਾਂਧੀ ਜੀ ਨੇ ਡੂ অর ਡਾਈ ਦਾ ਨਾਰਾ ਦਿੱਤਾ ਸੀਗਾ ਯਾਨੀ ਕਿ ਕਰੋ ਜਾਂ ਮਰੋ ਤੇ ਇਹ ਡੂ অর ਡਾਈ ਇਸ ਪੈਸਾ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਲੇਕਿਨ ਗਾਂਧੀ ਜੀ ਵੱਲੋਂ ਨਿਕਲੇ ਸੀ ਨਾਰਾ ਤਾਂ ਬਹੁਤ ਵੱਡੀ ਗੱਲ ਮੰਨੀ ਗਈ ਕਿਉਂਕਿ ਉਹ ਹਿੰਸਾ ਦੇ ਪੁਜਾਰੀ ਸੀਗੇ ਹਿੰਸਾ ਦੇ ਵਿੱਚ ਬਿਲੀਵ ਨਹੀਂ ਕਰਦੇ ਸੀਗੇ ਯਾਨੀ ਕਿ ਮਾਰ ਪੀਟ ਦੇ ਵਿੱਚ ਬਿਲੀਵ ਨਹੀਂ ਕਰਦੇ ਸੀ ਲੇਕਿਨ ਉਸ ਟਾਈਮ ਤੇ ਉਹਨਾਂ ਨੇ ਆ ਨਾਰਾ ਦਿੱਤੇ ਸੀਗਾ ਜੀ ਡੂ ਔਰ ਡਾਈ ਤੇ ਬੇਸਿਕਲੀ ਵੈਸੇ ਤਾਂ ਲੀਡਰਲੈਸ ਮੂਵਮੈਂਟ ਸੀਗੀ ਲੇਕਿਨ ਡੂ ਔਰ ਡਾਈ ਦਾ ਨਾਰਾ ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀਗਾ ਇਸ ਕਰਕੇ ਆ ਨਾਮ ਆਪਾਂ ਕਹਿ ਸਕਦੇ ਹਾਂ ਕਿ ਮਹਾਤਮਾ ਗਾਂਧੀ ਨੇ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਆਏਗਾ ਜੀ ਸਿਵਲ ਡਿਸਓਬੀਡੈਂਟ ਆਪਾਂ ਨੂੰ ਪਤਾ ਹੀ ਹੈ ਜੀ ਜਿਹਨੂੰ ਆਪਾਂ ਡਾਂਡੀ ਮਾਰਚ ਕਹਿੰਦੇ ਆ ਫਿਰ ਸਿਵਲ ਡਿਸਓਬੀਡੈਂਟ ਯਾਨੀ ਕਿ ਸਬਿਨਿਆ ਅਵਗਿਆ ਅੰਦੋਲਨ ਵੀ ਕਹਿ ਦਿੰਨੇ ਆ ਤੇ ਤੁਹਾਨੂੰ ਪਤਾ ਹੀ ਹੈ ਕਿ ਗਾਂਧੀ ਜੀ ਨੇ ਇਸ ਮੂਵਮੈਂਟ ਦੇ ਵਿੱਚ ਨਮਕ ਬਣਾਇਆ ਸੀਗਾ ਸਾਬਰਮਤੀ ਆਸ਼ਰਮ ਤੋਂ ਚੱਲੇ ਸੀ ਕਿ ਡਾਂਡੀ ਮਾਰਚ ਕਿਤਾ ਸੀ ਉਹਨਾਂ ਨੇ ਜੀ ਖੇ ਦਾ ਸਤਿਆਗ੍ਰਹਿ ਆਪਾਂ ਨੂੰ ਪਤਾ ਹੈ ਜੀ ਕਰੋਪ ਟੈਕਸੇਸ਼ਨ ਲਈ ਸੀਗਾ 1918 ਦੇ ਵਿੱਚ ਆ ਤਿੰਨੋਂ ਤੋਂ ਜਿਹੜੇ ਸੀਗੇ ਗਾਂਧੀ ਜੀ ਦੁਆਰਾ ਕੀਤੇ ਗਏ ਸੀਗੇ ਜਾਂ ਫਿਰ ਮੈਂ ਕਹਾਂ ਮੁੰਬਈ ਆਂਧਾਬਾਦ ਜਿਹੜੀ ਮੀਲ ਸਟ੍ਰਾਈਕ ਸੀਗੀ ਉਹ ਵੀ ਗਾਂਧੀ ਜੀ ਦੁਆਰਾ ਦੀ ਕੀਤੀ ਗਈ ਸੀਗੀ ਲੇਕਿਨ ਜਿਹੜਾ ਬਾੜਦੋਲੀ ਸਤਿਆਗ੍ਰਹਿ ਆ ਨਾ ਉਹ ਸਰਦਾਰ ਵੱਲਭ ਭਾਈ ਪਟੇਲ ਦੁਆਰਾ ਕੀਤਾ ਗਿਆ ਸੀਗਾ ਤੇ ਜਿਹੜਾ ਬਾੜਦੋਲੀ ਹੈ ਨਾ ਗੁਜਰਾਤ ਦੇ ਵਿੱਚ ਨਾ ਕਿੱਜੇ ਦਾ ਨਾਮ ਹੈਗਾ ਤਾਂ ਇਹਦਾ ਆਨਸਰ ਆ ਜਾਊਗਾ ਜੀ ਬਾੜਦੋਲੀ ਤੇ ਜਿਹੜੇ ਸਰਦਾਰ ਵੱਲਭਾਈ ਪਟੇਲ ਸੀਗਾ ਨਾ ਨਾਦਾ ਵੱਲਭਾਈ ਪਟੇਲ ਹੀ ਸੀਗਾ ਉਹਨੂੰ ਸਰਦਾਰ ਦਾ ਟਾਈਟਲ ਕਿਹਨੇ ਦਿੱਤਾ ਸੀਗਾ ਤਾਂ ਆ ਬਾਰਦੋਲੀ ਦੀ ਔਰਤਾਂ ਨੇ ਦਿੱਤਾ ਸੀਗਾ ਤੇ ਸਰਦਾਰ ਜਿਹੜਾ ਵੀ ਪੰਜਾਬ ਵਾਲਾ ਸਰਦਾਰ ਨਹੀਂ ਹੁੰਦਾ ਜਿੱਥੇ ਆਪਾਂ ਰਹਿੰਦੇ ਆ ਸਰਦਾਰ ਦਾ ਮਤਲਬ ਹੈ ਬੇਸਿਕਲੀ ਜਿਨ੍ਹਾਂ ਨੇ ਇਸ ਮੂਵਮੈਂਟ ਨੂੰ ਲੀਡ ਕੀਤਾ ਸੀਗਾ ਕਈ ਵਾਰ ਆਪਸ਼ਨ ਦੇ ਵਿੱਚ ਨਾ ਐਂ ਦਿਖ ਦਿੱਤਾ ਹੁੰਦਾ ਕਿ ਮਹਿਲਾਵਾਂ ਨੇ ਦਿੱਤਾ ਸੀਗਾ ਤਾਂ ਉਸ ਟਾਈਮ ਤੇ ਨਾ ਆਪਾਂ ਮਹਾਤਮਾ ਗਾਂਧੀ ਨੂੰ ਵੀ ਸਹੀ ਟਿਕ ਕਰ ਸਕਦੇ ਆ ਲੇਕਿਨ ਜੇਕਰ ਆਪਸ਼ਨ ਦੇ ਵਿੱਚ ਆਪਾਂ ਨੂੰ ਮਹਿਲਾਵਾਂ ਮਿਲਣਗੇ ਕਿ ਵੱਲਭਾਈ ਪਟੇਲ ਨੂੰ ਸਰਦਾਰ ਦਾ ਟੈਗ ਜਿਹਨੇ ਦਿੱਤਾ ਸੀਗਾ ਟਾਈਟਲ ਤਾਂ ਦਿੱਤਾ ਸੀਗਾ ਬਾਰਦੋਲੇ ਦੀ ਮਹਿਲਾਵਾਂ ਨੇ ਜੇ অপਸ਼ਨ ਦੇ ਵਿੱਚ ਬਾਰਦੋਲੇ ਦੀ ਮਹਿਲਾਵਾਂ ਨਹੀਂ ਹੋਊਗਾ ਤਾਂ ਮਹਾਤਮਾ ગાંધી ਆਪਾਂ ਸਹੀ ਕਰਾਂਗੇ ਉਸ ਤੋਂ ਬਾਅਦ ਆ ਸਪੂਨ ਡ੍ਰੋਪਡ ਬਾਏ ਐਸਟਰੋਨੌਟ ਇਨ ਅ ਸਪੇਸ ਕ੍ਰਾਫਟ ਯਾਨੀ ਕਿ ਜੇਕਰ ਮੰਨ ਲਓ ਇੱਕ ਐਸਟਰੋਨੌਟ ਸਪੇਸ ਕ੍ਰਾਫਟ ਦੇ ਵਿੱਚ ਚਮਚ ਨੂੰ ਸੁੱਟ ਦਿੰਦਾ ਆਪਣੇ ਹੱਥੋਂ ਉਹ ਕੀ ਹੋਊਗਾ ਫਲੋਰ ਤੇ ਡਿੱਗ ਜੂਗੀ ਜਾਂ ਫਿਰ ਕਨਸਟੈਂਟ ਰਹੂਗੀ ਜਾਂ ਫਿਰ ਵੀਲ ਫੋਲੋ ਦਾ ਸੈਟਲਾਈਟ ਸਪੀਡ ਜਾਂ ਫਿਰ ਗੋ ਅਪ ਯਾਨੀ ਕਿ ਉੱਪਰ ਚਲੇ ਜਾਊਗੀ ਹੁਣ ਇਹ ਗੱਲ ਤਾਂ ਆਪਾਂ ਨੂੰ ਪਤਾ ਹੈ ਜੀ ਉਹ ਥੱਲੇ ਨਹੀਂ ਗਿਰੂਗੀ ਤੁਹਾਡਾ ਆਨਸਰ ਡਿਸਕਸ ਕਰਨ ਤੋਂ ਪਹਿਲਾਂ ਕੁਝ ਜਨਰਲ ਚੀਜ਼ਾਂ ਡਿਸਕਸ ਕਰ ਲੈਣੇ ਆ ਕਿ ਜਦੋਂ ਵੀ ਆਪਾਂ ਕੋਈ ਸੈਟਲਾਈਟ ਛੱਡਦੇ ਆ ਮੰਨ ਲਓ ਜਿਵੇਂ ਆਪਾਂ ਕੋਈ ਜੀਓ ਸਟੇਸ਼ਨਰੀ ਸੈਟਲਾਈਟ ਛੱਡਦੇ ਆ ਤਾਂ ਆਪਾਂ ਉਹ 35786 ਕਿਲੋਮੀਟਰ ਦੀ ਹਾਈਟ ਦੇ ਉੱਪਰ ਉਹ ਛੱਡ ਦਿੰਨੇ ਆ ਤੇ ਘੁੰਮੂਗਾ ਕਿਵੇਂ ਜੀ ਉਹ ਵੈਸਟ ਟੂ ਈਸਟ ਘੁੰਮੂਗਾ ਠੀਕ ਹੈ ਆਰਥ ਦੀ ਡਾਇਰੈਕਸ਼ਨ ਦੇ ਵਿੱਚ ਜਿਹੜਾ ਹੈ ਮੂਵ ਕਰੂਗਾ ਤੇ ਜਿੱਦਾਂ ਹੀ ਕੋਈ ਜੀ ਛੱਡੀ ਜਾਊਗੀ ਨਾ ਤਾਂ ਸਪੂਨ ਵੀ ਜਿਹੜੀ ਹੈ ਉਹ ਸੈਟਲਾਈਟ ਨੂੰ ਜਿਹੜਾ ਸਪੀਡ ਹੈ ਉਸੇ ਨੂੰ ਫੋਲੋ ਕਰੂਗਾ ਤੇ ਉਸੇ ਦੀ ਡਾਇਰੈਕਸ਼ਨ ਦੇ ਵਿੱਚ ਹੀ ਘੁੰਮਦਾ ਰਹੂਗਾ ਉਹ ਵੀ ਵੈਸਟ ਟੂ ਈਸਟ ਹੀ ਘੁੰਮੇਗਾ ਕਾ ਆਨਸਰ ਕੀ ਹੋ ਜਾਊਗਾ ਇਹ ਸੈਟਲਾਈਟ ਦੀ ਸਪੀਡ ਨੂੰ ਹੀ ਫੋਲੋ ਕਰੇਗਾ ਆਪਸ਼ਨ ਨੰਬਰ ਸੀ ਨੈਕਸਟ ਗੱਲ ਕਰਦੇ ਆ ਕਿ ਆਪਣੇ ਪਹਿਲੇ ਫੀਲਡ ਮਾਰਸ਼ਲ ਇੰਡੀਆ ਦੇ ਕੌਣ ਸੀਗੇ ਅੱਜ ਮੈਂ ਤੁਸੀਂ ਦੇਖ ਰਹੇ ਹੋ ਜੀ ਸैम ਮਨਕਸ਼ਾ ਜਿਹੜੇ ਸੀਗੇ ਉਹ ਪਹਿਲੇ ਇੰਡੀਆ ਦੇ ਫੀਲਡ ਮਾਰਸ਼ਲ ਸੀਗੇ ਬੇਸਿਕਲੀ ਹੈਗਾ ਕਿ ਇਹ ਜੀ ਆ 5 ਸਟਾਰ ਜਨਰਲ ਆਫੀਸਰ ਰੈਂਕ ਹੈ ਤੇ ਹਾਈਐਸਟ ਅਟੇਨੇਬਲ ਰੈਂਕ ਹੈਗਾ ਆਪਣੀ ਇੰਡੀਅਨ ਆਰਮੀ ਦਾ ਇੰਪੋਰਟੈਂਟ ਕੁਐਸਚਨ ਹੈ ਸਟੈਟਿਕ ਜੀ ਦਾ ਕਾਂਸਰ ਐਨਾਲਾਜੀ ਮੈਨਕ ਸ਼ੋ ਆਪਸ਼ਨ ਨੰਬਰ ਏ ਹੁਣ ਆਪਾਂ ਵੀ ਦੇਖ ਲੈਣੇ ਆ ਜੀ ਆਪਣੇ ਜਿਹੜੇ ਡਿਫੈਂਸ ਦੇ ਨੇ ਆਪਾਂ ਕਦੋਂ ਕਦੋਂ ਮਨਾਉਣੇ ਜਿਵੇਂ ਕਿ ਆਰਮੀ ਡੇ ਉਹ ਆਪਾਂ 15 ਜਨਵਰੀ ਨੂੰ ਮਨਾਉਣੇ ਆ ਨੇਵੀ ਡੇ ਆਪਾਂ 6 ਆਕਤੂਬਰ ਨੂੰ ਤੇ 에어 ਫੋਰਸ ਡੇ ਆਪਾਂ ਮਨਾਉਣੇ ਆ 8 ਅਕਤੂਬਰ ਨੂੰ ਯਾਦ ਰੱਖਿਓ ਤੁਸੀਂ ਜੇਕਰ ਇਹਨਾਂ ਚੀਜ਼ਾਂ ਨੂੰ ਨੋਟ ਨਹੀਂ ਕਰਦੇ ਤਾਂ ਤੁਸੀਂ ਮੋਬਾਈਲ ਦੇ ਵਿੱਚ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਇਹਨਾਂ ਦਾ ਤਾਂ ਤਾਂ ਸੀਗਾ ਜੇ ਅੱਜ ਦਾ ਆਪਣਾ ਸੈਸ਼ਨ ਜੇ ਸੈਸ਼ਨ ਵਧੀਆ ਲੱਗਿਆ ਹੋਵੇ ਤਾਂ ਲਾਈਕ ਜਰੂਰ ਕਰਿਓ ਜੀ ਤੇ ਸ਼ੇਅਰ ਵੀ ਕਰੋ ਤਾਂ ਕਿ ਹੋਰ ਬੱਚੇ ਆਪਣੇ ਨਾਲ ਜੁੜ ਸਕਣ ਸੋ ਥੈਂਕਸ ਫਾਰ ਵਾਚਿੰਗ ਜੀ ਜਲਦੀ ਮਿਲਾਂਗੇ ਨਈ ਵੀਡੀਓ ਦੇ ਨਾਲ ਪੜਦੇ ਰਹੋ ਤੁਸੀਂ ਇਦਾਂ ਹੀ ਤੇ ਹਲੇ ਨਾ ਤੇ ਸਿਲਾਰੀ ਦੀ ਡੇਟ ਦੇਖਦੇ ਹਾਂ ਕਦੋਂ ਆਉਂਦੀ ਹੈਗੀ ਹਾਲਾਂਕਿ ਵੈਸੇ ਤਾਂ ਉਹ 30 ਮਈ ਨੂੰ ਕਹਿ ਕੇ ਫਿਰ ਮੁੱਕਰ ਗਏ ਜੀ ਮਤਲਬ ਨੋਟੀਫਿਕੇਸ਼ਨ ਉਹਨੇ ਡਿਲੀਟ ਕਰਤਾ ਸੀਗਾ ਹਾਂ ਲੇਕਿਨ ਪਟਵਾਰੀ ਦੀ 2 ਮਈ ਨੂੰ ਪੀਗਜ਼ਾਮ ਡੈਫੀਨਿਟਲੀ ਹੋਏਗਾ ਸੋ ਥੈਂਕਸ ਫਾਰ ਵਾਚਿੰਗ ਜੀ ਜੈ ਹਿੰਦ